ਫਤੇ ਮੀਡੀਆ ਦੇ ਸੰਚਾਲਕ ਜੋਤੀ ਸਿੰਘ ਮਾਨ ਦੇ ਪਿਤਾ ਨਾਲ ਸਾਡੀ ਫੋਨ ਤੇ ਹੋਈ ਗੱਲਬਾਤ ਮੁਤਾਬਕ ਕੱਲ ਬੀਤੇ ਵੀਰਵਾਰ ਸਵੇਰੇ 8:20 ਦੇ ਕਰੀਬ ਉਹਨਾਂ ਦੇ ਘਰ ਦੇ ਬਾਹਰ ਜੋਤੀ ਸਿੰਘ ਤੇ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹਮਲਾਵਰਾਂ ਕੋਲ ਕੁਹਾੜੀਆਂ ਤੇ ਦਾਤ ਸੰ ਜੇਸ ਨਾਲ ਉਹਨਾਂ ਨੇ ਜੋਤੀ ਸਿੰਘ ਤੇ ਕਈ ਵਾਰ ਕੀਤੇ ਅਤੇ ਉਹਨਾਂ ਨੂੰ ਲਹੂ ਲੋਹਾਨ ਕਰ ਦਿੱਤਾ ਉਨਾ ਦੇ ਪਿਤਾ ਨੇ ਅੱਗੇ ਦੱਸਿਆ ਕਿ ਜੋਤੀ ਸਿੰਘ ਮਾਨ ਦੀ ਮਾਂ ਨੇ ਭੱਜ ਕੇ ਆ ਕੇ ਹਮਲਾਵਰਾਂ ਨੂੰ ਹਟਾਇਆ ਅਤੇ ਉਹਨਾਂ ਦੇ ਪਿੱਛੇ ਭੱਜੇ ਜਿਸ ਤੋਂ ਬਾਅਦ ਹਮਲਾਵਰ ਉਥੋਂ ਨੀਲੇ ਰੰਗ ਦੀ ਕਾਰ ਵਿੱਚ ਫਰਾਰ ਹੋ ਗਏ। ਉਹ ਕਾਰ ਕਾਰ ਤੋਂ ਕੁਝ ਹੀ ਦੂਰੀ ਤੇ ਖੜੀ ਕੀਤੀ ਗਈ ਸੀ। ਪੁਲਿਸ ਦੇ ਆਉਣ ਤੇ ਜੋਤੀ ਸਿੰਘ ਨੂੰ ਗੰਭੀਰ ਸੱਟਾਂ ਤੇ ਲਹੂ-ਲਹਾਨ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਜੋਤੀ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਦੀ ਸਾਨੀ ਬਰੂਕ ਹਸਪਤਾਲ ਵਿੱਚ 10 ਘੰਟੇ ਲੰਮੀ ਸਰਜਰੀ ਹੋਈ ਹੈ ਤੇ ਜਾਣਕਾਰੀ ਮੁਤਾਬਕ ਉਹ ਦੁਪਹਿਰ ਬਾਅਦ ਤੱਕ ਬੇਹੋਸ਼ ਸਨ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਨਾਲ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਦੁਬਾਰਾ ਸੰਪਰਕ ਨਹੀਂ ਹੋ ਸਕਿਆ ਅਸੀਂ ਇਸ ਘਟਨਾ ਦੀ ਜਾਂਚ ਸੰਬੰਧੀ ਪੀਲ ਪੁਲਿਸ ਤੱਕ ਵੀ ਪਹੁੰਚ ਕੀਤੀ ਜਿਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ 4 ਅਗਸਤ ਸਵੇਰੇ 8:30 ਕਰੀ ਪੁਲਿਸ ਨੂੰ ਬ੍ਰੈਂਟਨ ਦੇ ਹਿਊਰਨਟੈਰੀਓ ਸਟਰੀਟ ਤੇ ਮੇਫੀਲ ਰੋਡ ਦੇ ਖੇਤਰ ਵਿੱਚ ਬੁਲਾਇਆ ਗਿਆ ਜੋ ਦੋ ਪੁਲਿਸ ਪਹੁੰਚੀ ਤਾਂ ਉਹਨਾਂ ਨੂੰ ਗੰਭੀਰ ਸੱਟਾਂ ਤੋਂ ਪੀੜੇ ਤੇ ਆਦਮੀ ਮਿਲਿਆ ਜਿਸ ਨੂੰ ਟਰੋਮਾ ਸੈਂਟਰ ਲਿਜਾਇਆ ਗਿਆ ਪੁਲਿਸ ਮੁਤਾਬਕ ਉਸ ਆਦਮੀ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ ਅਤੇ ਪੀਲ ਪੁਲਿਸ ਫਿਲਹਾਲ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਧਿਆਨਯੋਗ ਹੈ ਕਿ ਪੁਲਿਸ ਨੇ ਫਿਲਹਾਲ ਇਸ ਘਟਨਾ ਦੇ ਨਾਲ ਸੰਬੰਧਿਤ ਕਿਸੇ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੀ ਹੈ ਜ਼ਿਕਰ ਹੋ ਗਿਆ ਕਿ ਘਟਨਾ ਦੀ ਸਥਾਨਕ ਮੀਡੀਆ ਤੇ ਪਾਈਚਾਰੇ ਵੱਲੋਂ ਪੁਰਜ਼ੋਰ ਨਿਖੇਧੀ ਕੀਤੀ ਜਾ ਰਹੀ ਹੈ